ਜਿਦਾ ਹੀ ਵਾਪਸੀ ਹੁਣ ਫਿਲਮਾਂ ਨੇ ਸ਼ੁਰੂ ਕੀਤੀ ਹੈ ਉਵੇਂ ਹੀ ਸੈਲਿਬ੍ਰਿਟੀਆਂ ਆਪਣੀ ਫਿਲਮਾਂ ਦੀ ਅਨਾਉਂਸਮੈਂਟ ਫੀਡਬੈਕ ਟੂ ਬੈਕ ਕਰ ਰਹੇ ਨੇ ਰੀਸੈਂਟਲੀ ਅਨਾਉਂਸਮੈਂਟ ਹੋਈ ਸੀ ਇੱਕ ਫਿਲਮ ਦੀ ਜਿਸ ਦਾ ਨਾਮ ਸੀ ਨਿਗਾ ਮਾਰਦਾ ਆਈਵੇ ਇਸ ਫਿਲਮ ਦੇ ਵਿੱਚ ਸਤਗੁਨ ਮਹਿਤਾ ਤੇ ਡਾਇਮੰਡ ਸਟਾਰ ਗੁਰਨਾਮ ਪੁੱਲਰ ਦੀ ਜੋੜੀ ਹੈ ਇਹ ਫਿਲਮ ਅਗਲੇ ਸਾਲ ਜੂਨ ਦੇ ਮਹੀਨੇ ਦੇ ਵਿੱਚ ਰਿਲੀਜ਼ ਕੀਤੀ ਜਾਏਗੀ ਲੇਕਿਨ ਦੋਸਤੋ ਪਹਿਲਾਂ ਵੀ ਗੁਰਨਾਮ ਪੁੱਲਰ ਇੱਕ ਫਿਲਮ ਲੈ ਕੇ ਆ ਰਹੇ ਨੇ ਜਿਸ ਦਾ ਨਾਂ ਹੁਣ ਸਾਹਮਣੇ ਆਇਆ ਹੈ ਇਸ ਫਿਲਮ ਦਾ ਨਾਂ ਹੋਏਗਾ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਇਸ ਦੇ ਵਿੱਚ ਸੋਨੂੰ ਬਾਜਵਾ ਤੇ ਗੁਰਨਾਮ ਪੁਲਰ ਦੀ ਜੋੜੀ ਦਿਖੇਗੀ ਇਹ ਜੋੜੀ ਐਸ ਤੋਂ ਪਹਿਲਾਂ ਫਿਲਮ ਗੁਡੀਆਂ ਪਟੋਲੇ ਦੇ ਵਿੱਚ ਵੇਖੀ ਗਈ ਸੀ ਐਸੇ ਕਰਕੇ ਤਾਂ ਗੁਰਨਾਮ ਪੁਲਰ ਨੇ ਇਹ ਵੀ ਲਿਖ ਦਿੱਤਾ ਕਿ ਉਸੇ ਦੀ ਲੇਗਸੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਇਹ ਫਿਲਮ ਅਸੀਂ ਤਿਆਰ ਕਰ ਰਹੇ ਹਾਂ ਜੋ ਕਿ 25 ਫਰਵਰੀ 2022 ਨੂੰ ਰਿਲੀਜ਼ ਹੋਏਗੀ ਯਾਨੀ ਕਿ ਡਾਇਮੰਡ ਸਟਾਰ ਗੁਰਨਾਮ ਪੁਲਰ ਕੋਲ ਦੋ ਫਿਲਮਾਂ ਤਾਂ ਰਿਲੀਜ਼ ਲਈ ਰੈਡੀ ਪਈਆਂ ਨੇ ਵੈਸੇ ਵੀ ਸਰਗੁਨ ਮਹਿਤਾ ਦੇ ਨਾਲ ਉਹਨਾਂ ਨੇ ਪਹਿਲਾ ਸੁਰਖੀ ਬਿੰਦੀ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਸੌਰਿਆਂ ਦਾ ਪਿੰਡ ਵੀ ਸ਼ੂਟ ਕੀਤੀ ਜੋ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਨਿਗਾ ਮਾਰਦਾ ਆਈਵੇ ਜੋ ਕਿ ਜੂਨ ਦੇ ਵਿੱਚ ਆਣੀ ਹੈ ਅਗਲੇ ਸਾਲ ਉਸ ਤੋਂ ਪਹਿਲਾਂ ਰਿਲੀਜ਼ ਹੋ ਸਕਦੀ ਹੈ ਯਾਨੀ ਕਿ ਹੁਣ ਪੰਜਾਬੀ ਫਿਲਮਾਂ ਦੇ ਚੌਂਡ ਵਾਲਿਆਂ ਨੂੰ ਬੈਕ ਟੂ ਬੈਕ ਫਿਲਮਾਂ ਦੀ ਟ੍ਰੀਟ ਮਿਲੇਗੀ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਸਿਨੇਮਾ ਕਰਾ ਵਿੱਚ ਆਈਆਂ ਨੇ ਉਹਨਾਂ ਨੂੰ ਲਗਾਤਾਰ ਪਿਆਰ ਸਰੂਰ ਮਿਲ ਰਿਹਾ ਹੈ